ਭਾਰਤੀ ਜਨਤਾ ਪਾਰਟੀ ਜਿਵੇਂ ਹੁਣ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ, ਤੁਹਾਡੇ ਤਾਂ ਇਲਾਕੇ ਦੇ ਆਸ ਨੇੜੇ ਆ ਬਿਲਕੁਲ ਲੱਗਿਆ ਹੋਇਆ, ਕੀ ਲੱਗਦਾ ਕਿ ਕਿਸਾਨ ਅੰਦੋਲਨ ਪ੍ਰਭਾਵਿਤ ਨਹੀਂ ਕਰੂਗਾ? ਨਹੀਂ, ਕਿਸਾਨ ਅੰਦੋਲਨ ਜਿਹੜਾ ਪਹਿਲਾਂ ਸੀਗਾ ਇਸ ਨੂੰ ਮੈਂ ਕਿਸਾਨ ਅੰਦੋਲਨ ਨਹੀਂ ਮੰਨ ਸਕਦਾ। ਕਿਸਾਨ ਅੰਦੋਲਨ ਪਹਿਲਾਂ ਸੀਗਾ ਜਿਹੜਾ ਸਿੱਘੂ ਬਾਰਡਰ ਟਿੱਕਰੀ ਬਾਰਡਰ 'ਤੇ ਅੰਦੋਲਨ ਲੱਗੇ ਸੀ। ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਲੱਗਿਆ ਕਿ ਵਾਕਈ ਇਹ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਇਹ ਕੋਈ ਕਾਨੂੰਨ ਨਹੀਂ ਸਮਝ ਆ ਰਹੇ, ਤਾਂ ਉਹਨਾਂ ਨੇ ਤੁਹਾਡੇ ਸਾਹਮਣੇ, ਮੀਡੀਆ ਦੇ ਸਾਹਮਣੇ, ਦੇਸ਼ ਦੇ ਸਾਹਮਣੇ ਉਹਨਾਂ ਨੇ ਮਾਫ਼ੀ ਮੰਗ ਕੇ ਕਾਨੂੰਨ ਵਾਪਸ ਲਏ ਸੀ। ਅੱਜ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਜਾ ਰਹੇ ਅਸੀਂ ਲਗਾਤਾਰ ਪਿੰਡਾਂ ਦੇ ਵਿੱਚ। ਅਸੀਂ 2-4 ਦਿਨ ਪਹਿਲਾਂ ਹੀ ਅਸੀਂ ਉੱਥੋਂ ਦੇ ਮੌਜੂਦਾ ਸਰਪੰਚ ਅਤੇ ਕਈ ਸਾਬਕਾ ਸਰਪੰਚ ਜੁਆਇਨ ਕਰਾ ਕੇ ਆਏ ਹਾਂ ਪਿੰਡਾਂ ਦੇ ਵਿੱਚ ਦੀ ਗੱਲ ਕਰ। ਹੁਣ ਕਿਹੜਾ ਅੰਦੋਲਨ ਲੱਗ ਰਿਹਾ ਤੁਹਾਨੂੰ ਫਿਰ? ਨਹੀਂ ਕੋਈ, ਦੇਖੋ ਇਹ ਅੰਦੋਲਨ ਨਹੀਂ, ਇਹ ਲੁਣਾ ਦੀ ਕੋਈ ਪ੍ਰੋਟੈਸਟ ਕਰਨਾ ਹਰ ਇੱਕ ਸੰਵਿਧਾਨ ਦੇ ਮੁਤਾਬਕ ਹਰ ਇੱਕ ਦਾ ਹੱਕ ਹੈ। ਠੀਕ ਹੈ ਜੀ, ਕੋਈ ਵਰਗ ਪ੍ਰੋਟੈਸਟ ਕਰ ਸਕਦਾ, ਕੋਈ ਇਸ਼ੂ ਨਹੀਂ ਹੈ, ਕਰਨ ਦਿਓ, ਕੋਈ ਗੱਲ ਨਹੀਂ। ਜੇਕਰ ਭਾਰਤੀ ਜਨਤਾ ਪਾਰਟੀ ਨੂੰ ਦੀ ਲੀਡਰਸ਼ਿਪ ਨੂੰ ਜਾਂ ਸਰਕਾਰ ਨੂੰ ਲੱਗਿਆ ਤਾਂ ਉਸ ਹਿਸਾਬ ਨਾਲ ਉਹਨਾਂ ਦਾ ਫੈਸਲਾ ਕਰਨਗੇ, ਕੋਈ ਗੱਲ ਨਹੀਂ।